ਕਿ ਜਿਹੜਾ ਇਹ ਨਾੜ ਦੇ ਵਿੱਚੋਂ ਜਿਹੜਾ ਪਰਾਲੀ ਦੇ ਵਿੱਚੋਂ ਉੱਠਿਆ ਧੂੰਆਂ ਉਹ ਇਕੱਲਾ ਤੁਹਾਡੇ ਘਰੇ ਜਾਂ ਮੇਰੇ ਘਰੇ ਨਹੀਂ ਆਉਣਾ, ਉਹਦੇ ਪੰਜਾਬ ਦੇ ਹਰ ਇੱਕ ਘਰ ਦੇ ਵਿੱਚ ਜਾਣਾ, ਜਿਹਦੇ ਨਾਲ ਕਈ ਬਜ਼ੁਰਗ ਇਹੋ ਜਿਹੇ ਹੁੰਦੇ ਨੇ ਜਿਹਨਾਂ ਨੂੰ ਅਸਥਮਾ ਦੀ ਦਿੱਕਤ ਐਲਰਜੀ ਹੈ, ਸੋ ਆਪਾਂ ਉਹਨਾਂ ਸਾਰਿਆਂ ਦਾ ਖਿਆਲ ਰੱਖਣਾ। ਜਿਹੜੇ ਬੱਚੇ ਨੇ, ਜਿਹੜੀਆਂ ਆਉਣ ਵਾਲੀਆਂ ਨਸਲਾਂ ਨੇ, ਪੀੜ੍ਹੀਆਂ ਨੇ, ਆਪਾਂ ਉਹਨਾਂ ਨੂੰ ਕਿਵੇਂ ਬਚਾਉਣਾ। ਜਿਹੜਾ ਗੁਰੂਆਂ ਦਾ ਇੱਕ ਫਲਸਫਾ ਜਿਹੜੇ ਉਹਨਾਂ ਨੇ ਆਪਾਂ ਨੂੰ ਦਿੱਤੇ ਨੇ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਆਪਾਂ ਇਹ ਤਿੰਨੋਂ ਚੀਜ਼ਾਂ ਜਿਹੜੀਆਂ ਪਲੀਤ ਕਰਨ ਲੱਗੇ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਕਵਲਜੀਤ ਕੰਬੋਜ। ਇਸ ਵੇਲੇ ਅਸੀਂ ਮੌਜੂਦ ਹਾਂ ਸ਼ਹਿਰ ਪਟਿਆਲਾ ਵਿਖੇ। ਤੁਸੀਂ ਅਕਸਰ ਖਬਰਾਂ ਦੇ ਵਿੱਚ ਸੁਣਿਆ ਹੋਵੇਗਾ ਕਿ ਕਿਸਾਨ ਪਰਾਲੀ ਨੂੰ ਸਾੜਦੇ ਨੇ ਅਤੇ ਉਸਦੇ ਨਾਲ ਜਿਹੜਾ ਪੋਲੂਸ਼ਨ ਲੈਵਲ ਹੈ ਉਹ ਵੱਧਦਾ ਹੈ ਤੇ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਅਤੇ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੇਕਿਨ ਤੁਹਾਨੂੰ ਇੱਕ ਅਜਿਹੇ ਕਿਸਾਨ ਪਰਿਵਾਰ ਦੇ ਨਾਲ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਪਰਾਲੀ ਨੂੰ ਅੱਗ ਨਹੀਂ ਲਗਾਈ ਹੈਗੀ, ਸਗੋਂ ਉਸਨੂੰ ਜ਼ਮੀਨ ਦੇ ਵਿੱਚ ਹੀ ਬੋਇਆ ਜਾ ਰਿਹਾ, ਉਸਨੂੰ ਜ਼ਮੀਨ ਦੇ ਵਿੱਚ ਹੀ ਨਸ਼ਟ ਕੀਤਾ ਜਾ ਰਿਹਾ। ਸੋ ਤਸਵੀਰ ਦਿਖਾਉਣੀ ਚਾਹਾਂਗੇ ਉਹਨਾਂ ਖੇਤਾਂ ਦੀ, ਜਿਹੜਾ ਤੇਜਬਾਗ ਕਲੋਨੀ ਦੇ ਵਿੱਚ ਇਹ ਖੇਤ ਨੇ। ਕਈ ਏਕੜ ਜਿਹੜੀ ਇਹ ਜ਼ਮੀਨ ਹੈ, ਜਿਸ ਜ਼ਮੀਨ ਦੇ ਉੱਪਰ ਜਦੋਂ ਜੀਰੀ ਲਗਾਈ, ਜੀਰੀ ਤੋਂ ਬਾਅਦ ਜਦੋਂ ਪਰਾਲੀ ਹੋਈ ਤਾਂ ਪਰਾਲੀ ਨੂੰ ਜਿਹੜਾ ਹੁਣ ਨਸ਼ਟ ਜਿਹੜਾ ਉਹ ਜ਼ਮੀਨ ਵਿੱਚ ਹੀ ਕੀਤਾ ਜਾ ਰਿਹਾ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਜਦੋਂ ਸਰਕਾਰ ਅਪੀਲ ਕਰ ਰਹੀ ਹੈ, ਪ੍ਰਸ਼ਾਸਨ ਅਪੀਲ ਕਰ ਰਿਹਾ ਹੈ, ਤਾਂ ਉਹਨਾਂ ਨਿਯਮਾਂ ਦੀ ਜਿਹੜੀ ਕਿਤੇ ਨਾ ਕਿਤੇ ਪਾਲਣਾ ਜਿਹੜੀ ਹੈ ਕਰਦੇ ਹੋਏ ਨਜ਼ਰ ਆ ਰਹੇ ਨੇ। ਸੋ ਕਿਸਾਨ ਪਰਿਵਾਰ ਦੀ ਤਸਵੀਰ ਦਿਖਾਉਣੀ ਚਾਹਾਂਗੇ ਜਿਹੜੇ ਇਹ ਜਿਹੜੀ ਪਰਾਲੀ ਨੂੰ ਹੈ ਜ਼ਮੀਨ ਦੇ ਹੇਠਾਂ ਹੀ ਜਿਹੜੇ ਬੋਂਦੇ ਹੋਏ ਨਜ਼ਰ ਆ ਰਹੇ ਨੇ, ਬੀਜਦੇ ਹੋਏ ਨਜ਼ਰ ਆ ਰਹੇ ਨੇ। ਸੋ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਪਰਿਵਾਰ ਹੈ ਕਿਸਾਨ ਤਾਂ ਉਹ ਜ਼ਮੀਨ ਦੇ ਵਿੱਚ ਹੀ ਪਰਾਲੀ ਨੂੰ ਨਸ਼ਟ ਕਰਦਾ ਹੋਇਆ ਨਜ਼ਰ ਆ ਰਿਹਾ। ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਇਹਨਾਂ ਦੇ ਨਾਲ ਕਿ ਇਹਨਾਂ ਦਾ ਕੀ ਕੁਝ ਕਹਿਣਾ ਹੈ, ਕਿਉਂਕਿ ਤਸਵੀਰ ਜਿਹੜੀ ਹੈ ਤੁਸੀਂ ਦੇਖੀ ਹੈ ਤਾਂ ਬਿਲਕੁਲ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ ਕਿ ਆਖਿਰਕਾਰ ਕੀ ਕੁਝ ਕਹਿਣਾ ਹੈ, ਕਿਉਂਕਿ ਲਗਾਤਾਰ ਕਿਹਾ ਜਾਂਦਾ ਹੈ ਕਿ ਜਦੋਂ ਪਰਾਲੀ ਸਾੜੀ ਜਾਂਦੀ ਹੈ ਤਾਂ ਉਸਦੇ ਨਾਲ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ, ਤਾਂ ਗੱਲਬਾਤ ਕਰ ਲੈਂਦੇ ਹਾਂ। ਕੀ ਕਹਿਣਾ ਚਾਹੋਗੇ? ਮੈਂ ਤਾਂ ਜੀ ਅੱਜ ਜਿਹੜਾ ਇਹ ਪਰਿਵਾਰ ਵੱਲੋਂ ਜਿਹੜਾ ਕੀਤਾ ਗਿਆ ਉਪਰਾਲਾ ਵਧੀਆ ਉਪਰਾਲਾ ਹੈ। ਅੱਜ ਅਸੀਂ ਇੱਥੇ ਤੇਜਬਾਗ ਕਲੋਨੀ ਜੋਗੀਘਾਟ, ਡੇਰਾ ਬਾਬਾ ਜੋਗੀਘਾਟ ਦੇ ਵਿੱਚ ਆਏ ਹਾਂ। ਸਾਡੇ ਇੱਥੇ ਬਾਬਾ ਸੁਭਾਸ਼ ਦਾਸ ਜੀ ਜਿਹੜੇ ਮਹੰਤ ਨੇ ਇੱਥੋਂ, ਇਹਨਾਂ ਦਾ ਧੰਨਵਾਦ ਕਰਨ ਲਈ ਤੇ ਵਿਸ਼ੇਸ਼ ਤੌਰ ਤੇ ਮੇਰੇ ਦੋਸਤ ਆਰਿਫ ਰਿੰਕੂ ਜਿਨ੍ਹਾਂ ਨੂੰ ਅਸੀਂ ਪ੍ਰੇਰਿਆ ਸੀ ਕਿ ਇਸ ਵਾਰ ਤੁਸੀਂ ਜੀਰੀ ਲਗਾ ਰਹੇ ਹੋ ਤੇ ਜੀਰੀ ਦੀ ਜਿਹੜੀ ਨਾੜ ਹੈ ਉਹਨੂੰ ਸਾੜਨਾ ਨਹੀਂ, ਆਪਾਂ ਵਿੱਚ ਹੀ ਵਾਹਵਾਂਗੇ। ਇਹ ਵੈਸੀ ਇੱਕ ਐਡਵਾਂਸ ਖੇਤੀ ਜਿਹੜੀ ਕਰਦੇ ਰਹਿੰਦੇ ਨੇ ਤੇ ਇਹ ਵੀ ਜਾਣੂ ਨੇ, ਪਰ ਸਾਨੂੰ ਲੱਗਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜਿਹੜੀ ਅਪੀਲ ਕੀਤੀ ਹੈ ਮੁੱਖ ਮੰਤਰੀ ਪੰਜਾਬ ਜੀ ਨੇ ਪੰਜਾਬ ਦੇ ਕਿਸਾਨਾਂ ਨੂੰ, ਤੇ 70% ਤੋਂ ਵੱਧ ਜਿਹੜੇ ਕਿਸਾਨ ਭਰਾ ਨੇ ਉਹ ਇਸ ਵਾਰ ਜਿਹੜੀ ਫਸਲ ਦੀ ਨਾੜ ਨੂੰ ਅੱਗ ਨਹੀਂ ਲਗਾ ਰਹੇ। ਸੋ ਉਹਨਾਂ ਸਾਰੇ ਕਿਸਾਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਤੇ ਜਿਹੜੇ ਕਿਸਾਨ ਭਰਾ ਅੱਗ ਲਗਾ ਰਹੇ ਨੇ ਤਾਂ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਇਹ ਨਾੜ ਦੇ ਵਿੱਚੋਂ ਜਿਹੜਾ ਪਰਾਲੀ ਦੇ ਵਿੱਚੋਂ ਉੱਠਿਆ ਧੂੰਆਂ ਉਹ ਇਕੱਲਾ ਤੁਹਾਡੇ ਘਰੇ ਜਾਂ ਮੇਰੇ ਘਰੇ ਨਹੀਂ ਆਉਣਾ, ਉਹਦੇ ਪੰਜਾਬ ਦੇ ਹਰ ਇੱਕ ਘਰ ਦੇ ਵਿੱਚ ਜਾਣਾ, ਜਿਹਦੇ ਨਾਲ ਕਈ ਬਜ਼ੁਰਗ ਇਹੋ ਜਿਹੇ ਹੁੰਦੇ ਨੇ ਜਿਹਨਾਂ ਨੂੰ ਅਸਥਮਾ ਦੀ ਦਿੱਕਤ ਐਲਰਜੀ ਹੈ। ਸੋ ਆਪਾਂ ਉਹਨਾਂ ਸਾਰਿਆਂ ਦਾ ਖਿਆਲ ਰੱਖਣਾ ਕਿ ਜਿਹੜੇ ਬੱਚੇ ਨੇ, ਜਿਹੜੀਆਂ ਆਉਣ ਵਾਲੀਆਂ ਨਸਲਾਂ ਨੇ, ਪੀੜ੍ਹੀਆਂ ਨੇ, ਆਪਾਂ ਉਹਨਾਂ ਨੂੰ ਕਿਵੇਂ ਬਚਾਉਣਾ, ਉਹਨਾਂ ਵਾਸਤੇ ਕੀ ਆਪਾਂ ਚੰਗਾ ਕਰ ਸਕਦੇ ਹਾਂ। ਆਪਾਂ ਕੁਛ ਸਮੇਂ ਦੀ ਘਾਟ ਕਰਕੇ ਆਪਾਂ ਉਹਨੂੰ ਸ਼ੋਰਟਕਟ ਤਰੀਕੇ ਦੇ ਨਾਲ ਅੱਜ ਤਾਂ ਇਹਨੂੰ ਅੱਗ ਲਾਉਂਦੇ ਹਾਂ ਤੇ ਜਿਹੜਾ ਗੁਰੂਆਂ ਦਾ ਇੱਕ ਫਲਸਫਾ ਜਿਹੜੇ ਉਹਨਾਂ ਨੇ ਆਪਾਂ ਨੂੰ ਦਿੱਤੇ ਨੇ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਆਪਾਂ ਇਹ ਤਿੰਨੋਂ ਚੀਜ਼ਾਂ ਜਿਹੜੀਆਂ ਪਲੀਤ ਕਰਨ ਲੱਗੇ ਹਾਂ। ਸੋ ਆਪਾਂ ਗੁਰੂਆਂ ਦੀ ਜਿਹੜੀ ਬਾਣੀ ਹੈ ਉਹ 'ਤੇ ਉੱਪਰ ਅਮਲ ਕਰੀਏ ਅਤੇ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ NGT ਦੀ ਗਾਈਡਲਾਈਨਸ ਨੇ, ਆਪਾਂ ਸਾਰੇ ਤੁਸੀਂ ਪੰਜਾਬੀ, ਆਪਾਂ ਸਾਰੇ ਹਰੇਕ ਕੰਮ ਦੇ ਵਿੱਚ ਮੋਹਰੀ ਰਹਿੰਦੇ ਹਾਂ, ਸਾਰਿਆਂ ਨੂੰ ਆਪਾਂ ਇੱਕ ਕੋਸ਼ਿਸ਼ ਰਹਿੰਦੀ ਹੈ ਕਿ ਵੱਧ ਤੋਂ ਵੱਧ ਲੋਕਾਂ ਵਾਸਤੇ ਆਪਾਂ ਕੋਈ ਉਪਰਾਲੇ ਕਰੀਏ, ਚੰਗੇ ਉਪਰਾਲਿਆਂ ਦੇ ਵਿੱਚ ਜਿਹੜੇ ਪੰਜਾਬੀ ਜਾਣੇ ਜਾਂਦੇ ਨੇ। ਸੋ ਪੰਜਾਬ ਦੇ ਕਿਸਾਨ ਭਰਾ ਜਿਹੜੇ ਇਸ ਵਕਤ ਨਾੜ ਨੂੰ ਅੱਗ ਲਗਾਉਣ ਦਾ ਵਿਚਾਰ ਵੀ ਕਰ ਰਹੇ ਨੇ, ਉਹਨਾਂ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਆ ਕਿਸਾਨ ਭਰਾ ਚਾਹੇ ਛੋਟੀ ਇਹਦੇ ਕੋਲ ਉਹ ਹੈਗੀ ਹੈ ਖੇਤੀ ਹੈ ਅਤੇ ਠੇਕੇ 'ਤੇ ਆ, ਤੁਸੀਂ ਇਹਨਾਂ ਨੂੰ ਹੀ ਦੇਖ ਲਓ ਕਿ ਇਹ ਵੀ ਕਰ ਹੀ ਰਹੇ ਨੇ, ਆਪਣੇ ਵਾਤਾਵਰਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਆਪਾਂ ਵੱਧ ਤੋਂ ਵੱਧ ਰੁੱਖ ਲਗਾਈਏ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਇੱਕ ਚੰਗਾ ਵਾਤਾਵਰਨ ਜਿਹੜਾ ਆਪਾਂ ਦੇ ਸਕੀਏ ਅਤੇ ਬਿਮਾਰੀਆਂ ਤੋਂ ਆਪਾਂ ਉਹਨਾਂ ਨੂੰ ਦੂਰ ਰੱਖੀਏ ਤਾਂ ਕਿ ਉਹਨਾਂ ਦੀ ਜਿਹੜੀ ਸਿਹਤ ਆ ਉਹ ਬੜੀ ਚੰਗੀ ਅਤੇ ਤੰਦਰੁਸਤ ਜਿਹੜਾ ਆਪਣਾ ਜੀਵਨ ਜੀ ਸਕਣ। ਇਸ ਕਰਕੇ ਅੱਜ ਅਸੀਂ ਪੰਜਾਬੀਆਂ ਨੂੰ, ਖਾਸ ਕਰ ਰਿੰਕੂ ਨੂੰ ਅੱਜ ਧੰਨਵਾਦ ਅਤੇ ਬੇਨਤੀ ਕਰਨਾ ਆਏ ਸੀ ਕਿ ਆਪਾਂ ਜਿਵੇਂ ਬਾਬਾ ਜੀ ਨੇ ਰੁੱਖ ਲਗਾਏ ਨੇ ਪੂਰੇ ਮੰਦਿਰ ਦੇ ਵਿੱਚ, ਡੇਰੇ ਦੇ ਵਿੱਚ ਸੈਂਕੜਾਂ ਦੀ ਗਿਣਤੀ ਦੇ ਵਿੱਚ ਸੰਘਣੇ ਰੁੱਖ ਲੱਗੇ ਨੇ ਜਿਹਦੇ ਵਿੱਚ ਫਲਾਂ ਦਾ ਰੁੱਖ ਨੇ, ਇੱਥੇ ਬੱਚੇ ਆ ਕੇ ਫਲ ਵੀ ਖਾਂਦੇ ਨੇ, ਸਾਰਾ ਕੁਛ ਹੁੰਦਾ, ਛਾਂ ਵੀ ਲੈਂਦੇ ਨੇ। ਤੋ ਬੇਨਤੀ ਹੈ ਕਿ ਆਪਾਂ ਵੱਧ ਤੋਂ ਵੱਧ ਰੁੱਖ ਜਿਹੜੇ ਲਗਾਈਏ, ਜ਼ਮੀਨਾਂ ਦੇ ਵਿੱਚ ਵੀ ਲਗਾਈਏ, ਆਪਣੀਆਂ ਜ਼ਮੀਨਾਂ ਨੇ ਜਿਹੜੀਆਂ ਉਹ ਰੁੱਖਾਂ ਤੋਂ ਸੁੰਨੀਆਂ ਹੋ ਗਈਆਂ ਨੇ, ਫਿਰ ਤੋਂ ਆਪਾਂ ਜਿਹੜਾ ਪੰਜਾਬ ਨੂੰ ਰੰਗਲਾ ਪੰਜਾਬ, ਹਰਿਆ ਭਰਿਆ ਪੰਜਾਬ
ਪ੍ਰਦੂਸ਼ਣ ਰਹਿਤ ਪੰਜਾਬ ਬਣਾਉਣ ਦਾ ਜਿਹੜਾ ਇੱਕ ਆਪਣਾ ਸੁਪਨਾ ਹੈ ਪੰਜਾਬੀਆਂ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ, ਉਹਨੂੰ ਪੂਰਾ ਕਰਨ ਦੇ ਵਿੱਚ ਆਪਾਂ ਸਾਰੇ ਰਲ ਕੇ ਯੋਗਦਾਨ ਪਾਈਏ। ਮੈਂ ਤਾਂ ਜੀ ਅਕਸਰ ਦੇਖਿਆ ਜਾਂਦਾ ਕਿਸਾਨ ਕਹਿੰਦੇ ਨੇ ਕਿ ਸਾਡੇ ਕੋਲ ਮਸ਼ੀਨਰੀ ਨਹੀਂ ਹੈਗੀ ਵੀ ਇਸ ਪਰਾਲੀ ਨੂੰ ਨਸ਼ਟ ਕਰਨ ਦੇ ਲਈ, ਕਿ ਇਸਦਾ ਹੱਲ ਕੀ ਹੋਵੇਗਾ? ਸਰਕਾਰ ਸਮੇਂ ਸਮੇਂ ਤੇ ਕਹਿੰਦੀ ਨਜ਼ਰ ਆਈ ਹੈ ਕਿ ਮਸ਼ੀਨਰੀ ਦਿੱਤੀ ਜਾਵੇਗੀ, ਤਾਂ ਉਸਦਾ ਕੀ ਹੱਲ ਕੀਤਾ ਜਾ ਰਿਹਾ? ਦੇਖੋ ਇਹਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਪਿੱਛੇ ਜੀ ਇੱਕ ਇੰਡਸਟਰੀ ਆਈ ਜਿਹੜੀ ਪਰਾਲੀ ਦੀ ਕਿਸਾਨ ਸੰਭਾਲ ਕਰਦੀ ਹੈ, ਪਰਾਲੀ ਦੀ ਉਹ ਤੋਂ ਇੱਕ ਜਿਹੜਾ ਤੇਲ ਆਇਲ ਜਿਹੜੇ ਯੂ ਬਣਾ ਰਹੇ ਨੇ। ਸੋ ਆਪਾਂ ਸਰਕਾਰ ਦੀ ਕੋਸ਼ਿਸ਼ ਹੈ ਸਬਸਿਡੀ ਤੇ ਬਹੁਤ ਵੱਡੇ ਪੱਧਰ ਤੇ ਪਿਛਲੇ ਸਾਲ ਆਉਂਦੇ ਸਰਕਾਰ ਬਣਦਿਆਂ ਸਾਰ ਜਿਹੜਾ ਸਰਕਾਰ ਨੇ ਸ਼ੁਰੂ ਕੀਤਾ ਸੀ ਕਿ ਆਪਾਂ ਜਿਹੜਾ ਇਸ ਵਾਰ ਕਿਸਾਨਾਂ ਨੂੰ ਸਬਸਿਡੀ ਤੇ ਮਸ਼ੀਨਾਂ ਦੇਵਾਂਗੇ ਜਿਹਦੇ ਨਾਲ ਜਿਹੜੀ ਪਰਾਲੀ ਦੀ ਸਾਂਭ ਸੰਭਾਲ ਹੋ ਸਕੇ। ਸੋ ਅੱਜ ਪੰਜਾਬ ਦੇ ਵਿੱਚ ਬਹੁਤੇ ਕਿਸਾਨ ਜਿਹੜੇ ਹੈਗੇ ਨੇ ਉਹ ਇਸ ਚੀਜ਼ ਦਾ ਫਾਇਦਾ ਲੈ ਰਹੇ ਨੇ। ਕੁਛ ਕਿਸਾਨ ਜਿਨ੍ਹਾਂ ਨੂੰ ਨਹੀਂ ਮਿਲੀਆਂ ਤਾਂ ਉਹਨਾਂ ਨੂੰ ਵੀ ਮਿਲ ਜਾਣਗੀਆਂ, ਕੁਛ ਉਸ ਤੋਂ ਪਹਿਲਾਂ ਵੀ ਜਿਹੜੇ ਸਾਂਭ ਸੰਭਾਲ ਕਰਦੇ। ਖੈਰ ਆਪਾਂ ਮਕਸਦ ਪੰਜਾਬ ਨੂੰ ਵਾਤਾਵਰਨ ਰਹਿਤ ਜਿਹੜਾ ਸ਼ੁੱਧ ਵਾਤਾਵਰਨ ਬਣਾਉਣ ਦਾ ਹੈਗਾ, ਆਪਾਂ ਉਹਦੇ ਉੱਪਰ ਫੋਕਸ ਕਰੀਏ। ਜਿਹੜੀਆਂ ਬਿਮਾਰੀਆਂ ਨੇ ਦੇਖੋ, ਮੈਨੂੰ ਵੀ ਖਾਂਸੀ ਹੋ ਰਹੀ ਹੈ, ਬੱਚੇ ਜਿਹੜੇ ਛੋਟੇ ਨੇ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਨੂੰ ਅਸਥਮਾ ਦੀ ਪ੍ਰੋਬਲਮ ਹੈ, ਉਹਨਾਂ ਵਾਸਤੇ ਤਾਂ ਬਹੁਤ ਹੀ ਔਖਾ ਸਮਾਂ ਹੁੰਦਾ ਇਹ, ਜਦੋਂ ਜੀਰੀ ਦਾ ਸੀਜ਼ਨ ਹੁੰਦਾ, ਜੀਰੀ ਕੱਟੀ ਵੱਡੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਅੱਗ ਲੱਗ ਜਾਂਦੀ ਹੈ ਉਹਨੂੰ, ਉਹ ਹੋਰ ਵੀ ਜ਼ਿਆਦਾ ਜਿਹੜਾ ਨੁਕਸਾਨ ਜਿਹੜਾ ਉਹਨਾਂ ਬਜ਼ੁਰਗਾਂ ਨੂੰ ਤੇ ਬਿਮਾਰ ਲੋਕਾਂ ਜਿਨ੍ਹਾਂ ਨੂੰ ਅਸਥਮਾ ਜੀ ਉਹਨਾਂ ਵਾਸਤੇ ਹੁੰਦਾ। ਅੱਜ ਇਸ ਪਰਿਵਾਰ ਵੱਲੋਂ ਪਹਿਲਕਦਮੀ ਕੀਤੀ ਗਈ ਹੈ, ਕਈ ਹੋਰ ਅਨੇਕਾਂ ਕਿਸਾਨ ਨੇ ਪੰਜਾਬ ਦੇ ਵਿੱਚ ਜਿਹੜੇ ਪਰਾਲੀ ਨਹੀਂ ਸਾੜਦੇ ਹੈਗੇ, ਸਰਕਾਰ ਦੇ ਨਿਯਮਾਂ ਮੁਤਾਬਿਕ ਜਾਂ ਪ੍ਰਸ਼ਾਸਨ ਦੇ ਨਿਯਮਾਂ ਮੁਤਾਬਿਕ ਚੱਲ ਰਹੇ ਨੇ, ਤਾਂ ਇਹਨਾਂ ਦੇ ਲਈ ਕੀ ਕੁਛ ਕਰ ਰਹੀ ਹੈ ਸਰਕਾਰ? ਦੇਖੋ ਸਰਕਾਰ ਦੀ ਤਾਂ ਕੋਸ਼ਿਸ਼ ਹੈ ਜੀ ਵੱਧ ਤੋਂ ਵੱਧ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਮਿਲਣ। ਅੱਜ ਪੰਜਾਬ ਦੇ ਹਰ ਇੱਕ ਵਰਗ ਨੂੰ ਪੰਜਾਬ ਸਰਕਾਰ ਸਹੂਲਤਾਂ ਦੇ ਰਹੀ ਹੈ, ਖਾਸ ਕਰ ਕਿਸਾਨ ਨੇ ਜਿਹੜੇ ਕਿਸਾਨਾਂ ਵਾਸਤੇ ਆਉਂਦੀ ਸਬਸਿਡੀ ਦੀਆਂ ਜਿਹੜੀਆਂ ਮਸ਼ੀਨਾਂ ਨੇ, ਉਪਕਰਨ ਜਿਹੜੇ ਇਹਨਾਂ ਨੂੰ ਚਾਹੀਦੇ ਨੇ ਉਹ ਦਿੱਤੇ ਜਾ ਰਹੇ ਨੇ। ਫਿਰ ਇਹਨਾਂ ਦੀਆਂ ਜਿਹੜੀਆਂ ਉੱਥੇ ਕਮੇਟੀਆਂ ਬਣੀਆਂ ਹੋਈਆਂ ਨੇ ਜੀ, ਕਮੇਟੀਆਂ ਨੂੰ ਸਪੁਰਦ ਕੀਤੀਆਂ ਗਈਆਂ ਨੇ ਤਾਂ ਕਿ ਪੂਲ ਕਰਕੇ ਕਿਸਾਨ ਦਿਨ ਆਪਣੇ ਬੰਨ ਕੇ ਬਾਰੀ ਬੰਨ ਕੇ ਜਿਹੜਾ ਉਹ ਸੰਦਾਂ ਦੀ ਜਿਹੜੀ ਉਹ ਵਰਤੋਂ ਕਰ ਸਕਣ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਤੁਸੀਂ ਦੇਖੋ ਆਉਂਦੇ ਸਾਰ ਸਰਕਾਰ ਨੇ 85% ਲੋਕਾਂ ਦੇ ਜਿਹੜੇ ਬਿਜਲੀ ਦੇ ਬਿੱਲ ਜ਼ੀਰੋ ਆਏ ਨੇ ਜੀ। ਇਸ ਤੋਂ ਇਲਾਵਾ ਸਿਹਤ ਦੇ ਖੇਤਰ ਦੇ ਵਿੱਚ ਕ੍ਰਾਂਤੀ ਆਈ ਹੈ, ਸਿਹਤ ਅੱਜ 700 ਦੇ ਕਰੀਬ ਮੁਹੱਲਾ ਕਲੀਨਿਕ ਜਿੱਥੇ ਲੱਖਾਂ ਲੋਕਾਂ ਨੇ ਜਿਹੜਾ ਆਪਣਾ ਇਲਾਜ ਕਰਵਾਇਆ, ਮੁਫਤ ਇਲਾਜ ਤੇ ਵਧੀਆ ਇਲਾਜ ਕਰਾਇਆ। ਉਸ ਤੋਂ ਇਲਾਵਾ ਅੱਜ ਸਿੱਖਿਆ ਦੇ ਖੇਤਰ ਦੇ ਵਿੱਚ ਇੱਕ ਬਹੁਤ ਵੱਡੀ ਕ੍ਰਾਂਤੀ ਜਿਹਨੂੰ ਅਸੀਂ ਮੰਨਾਂਗੇ ਕਿ 117 ਸਕੂਲ ਆਫ ਫੈਮਿਨੈਂਸ ਜਿਹੜੇ ਬਣਾਏ ਨੇ, ਜਿਹੜੇ ਇੱਕ ਤਰ੍ਹਾਂ ਦੀ ਯੂਨੀਵਰਸਿਟੀ ਟਾਈਪ ਜਿਹੜੇ ਉੱਥੇ ਕੰਮ ਕਰਨੇ, ਬੱਚਿਆਂ ਨੂੰ ਪ੍ਰਸ਼ਿਕਿਤ ਕਰਨਗੇ, ਪੜ੍ਹਾਉਣਗੇ ਤੇ ਉਹ ਬੱਚੇ ਅੱਗੇ ਜਾ ਕੇ ਪੰਜਾਬ ਦਾ ਨਾਂ ਰੋਸ਼ਨ ਕਰਨਗੇ। ਅੱਜ ਦੇਸ਼ ਦੇ ਵਿੱਚ ਉਹ ਬੱਚੇ ਜਿਹੜੇ ਅੱਜ ਇਸ ਨਰਸਰੀ ਦੇ ਵਿੱਚ ਨੇ, ਜਿਹੜੀ ਸਕੂਲ ਆਫ ਐਮੀਨੈਂਸ ਦੇ ਵਿੱਚ ਪੜ੍ਹ ਰਹੇ ਨੇ, ਉਹ ਵੱਡੇ ਰੁੱਖ ਬਣ ਕੇ ਉਹ ਫਲ ਦੇਣਗੇ, ਉਹ ਜਾ ਕੇ IAS PCS IRS ਅਫਸਰ ਬਣਨਗੇ ਤੇ ਦੇਸ਼ ਦੇ ਵਿੱਚ ਆਪਣੀਆਂ ਸੇਵਾਵਾਂ ਦੇਣਗੇ। ਬਿਲਕੁਲ ਕਹਿ ਸਕਦੇ ਹਾਂ ਕਿ ਸਮੇਂ ਸਮੇਂ ਤੇ ਸਰਕਾਰ ਅਪੀਲ ਕਰਦੀ ਨਜ਼ਰ ਆ ਰਹੀ ਹੈ ਕਿ ਪਰਾਲੀ ਨੂੰ ਨਾ ਸਾੜਿਆ ਜਾਵੇ, ਕਿਉਂਕਿ ਇਸ ਦੇ ਨਾਲ ਕਈ ਅਨੇਕਾਂ ਬਿਮਾਰੀਆਂ ਜਿਹੜੀਆਂ ਆਉਂਦੀਆਂ ਨੇ। ਤਾਂ ਉਸ ਕਿਸਾਨ ਵੀਰ ਦੇ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜਿਸਨੇ ਇਸ ਪਰਾਲੀ ਨੂੰ ਜਿਹੜਾ ਸਾੜਿਆ ਨਹੀਂ ਹੈਗਾ, ਸਗੋਂ ਉਸਨੂੰ ਜ਼ਮੀਨ ਹੇਠਾਂ ਹੀ ਨਸ਼ਟ ਕੀਤਾ ਹੈ। ਤਾਂ ਉਹਨਾਂ ਦਾ ਗੱਲਬਾਤ ਕਰਦੇ ਹਾਂ ਕਿ ਆਖਿਰਕਾਰ ਕਿਸ ਤਰ੍ਹਾਂ ਇਹ ਦਿਮਾਗ ਦੇ ਵਿੱਚ ਆਇਆ, ਕਿਉਂਕਿ ਅਕਸਰ ਦੇਖਿਆ ਜਾਂਦਾ ਕਿਸਾਨਾਂ ਦੇ ਉੱਪਰ ਇਲਜ਼ਾਮ ਲੱਗਦੇ ਨੇ ਕਿ ਪਰਾਲੀ ਸਾੜਦੇ ਨੇ ਜਿਸ ਦੇ ਨਾਲ ਧੂੰਆਂ ਜਿਹੜਾ ਹਵਾ ਦੇ ਵਿੱਚ ਫੈਲਦਾ, ਪੋਲੂਸ਼ਨ ਲੈਵਲ ਜਿਹੜਾ ਵੱਧਦਾ। ਕੀ ਨਾਮ ਅੱਜ ਸਭ ਤੋਂ ਪਹਿਲਾਂ ਤੁਹਾਡਾ? ਅੱਜ ਆਪਣੀ ਕਿੰਨੀ ਹੈ ਜਿਹੜੀ ਜ਼ਮੀਨ ਹੈ ਜਿਸ ਦੇ ਵਿੱਚ ਪਰਾਲੀ ਸੀਗੀ? ਵੀਰ ਜੀ 15 ਵਿਘੇ ਜਗ੍ਹਾ ਇਹ, ਤੇ ਇਸ ਦੇ ਵਿੱਚ ਪਰਾਲੀ ਹੈ ਸੀ, ਅਸੀਂ ਸਾਰੀ ਜਗ੍ਹਾ ਇਹ ਵਾਹ ਕੇ ਤਿਆਰ ਕਰ ਰਹੇ ਹਾਂ, ਵਿੱਚ ਹੀ ਪਰਾਲੀ ਦਾ ਕੁਤਰਾ ਕਰ ਰਹੇ ਹਾਂ। ਕੁਛ ਤਾਂ ਸਾਡੇ ਖਾਦ ਦੇ ਕੰਮ ਆਏਗੀ, ਸਾਡਾ DAP ਘੱਟ ਪਏਗਾ। ਅਕਸਰ ਅਕਸਰ ਦੇਖਿਆ ਜਾਂਦਾ ਹੈ ਕਿ ਕਿਸਾਨ ਜਿਹੜੇ ਨੇ ਪਰਾਲੀ ਸਾੜਦੇ ਨੇ, ਅਕਸਰ ਕਹਿੰਦੇ ਨਜ਼ਰ ਆਉਂਦੇ ਨੇ ਕਿ ਸਾਡੇ ਕੋਲ ਇਸਦਾ ਕੋਈ ਹੱਲ ਨਹੀਂ ਹੈਗਾ, ਇਸਨੂੰ ਸਾੜੇ ਬਿਨਾਂ ਸਾਡੇ ਕੋਲ ਕੋਈ ਹੱਲ ਨਹੀਂ ਹੈਗਾ, ਤੁਸੀਂ ਇਸਦਾ ਹੱਲ ਲੱਭਿਆ? ਗੱਲ ਕੀ ਹੈ ਵੀਰ ਜੀ, ਮਿਹਨਤ ਜ਼ਿਆਦਾ ਹੁੰਦੀ ਹੈ, ਹੱਲ ਤਾਂ ਦੇਖੋ ਜੇ ਤੁਹਾਡੇ ਕੋਲ ਮਸ਼ੀਨਰੀ ਨਹੀਂ ਹੈਗੀ ਤਾਂ ਉਸਦੇ ਵਿੱਚ ਤੁਹਾਨੂੰ ਮਿਹਨਤ ਡਬਲ ਪੈ ਜਾਂਦੀ ਹੈ, ਖਰਚਾ ਡਬਲ ਪੈ ਜਾਂਦਾ। ਪਰ ਦੇਖੋ ਅਸੀਂ ਵੀ ਚਾਹੁੰਦੇ ਹਾਂ ਵੀ ਜੇ ਸਾਡੇ ਵੀ ਅਸੀਂ ਅੱਗ ਲਾਵਾਂਗੇ, ਸਾਡੇ ਬੱਚੇ ਵੀ ਬਿਮਾਰ ਹੁੰਦੇ ਨੇ, ਤੇ ਅਸੀਂ ਕਹਿੰਦੇ ਹਾਂ ਬਜ਼ੁਰਗਾਂ ਦਾ ਬਹੁਤ ਦਿੱਕਤ ਹੁੰਦੀ ਹੈ। ਅਸੀਂ ਕਹਿੰਦੇ ਹਾਂ ਵੀ ਅੱਗ ਦਾ ਨੁਕਸਾਨ ਸਾਨੂੰ ਹੀ ਹੈ, ਜਿਸ ਜਿੰਨਾ ਸਾਨੂੰ ਹੈ ਓਨਾ ਹੋਰ ਪਬਲਿਕ ਨੂੰ ਹੈ, ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿੱਕਤ ਆਉਂਦੀ ਹੈ। ਅਸੀਂ ਕਹਿੰਦੇ ਹਾਂ ਵੀ ਲੋਕ ਵਾਤਾਵਰਨ ਸਾਫ਼ ਸੁਥਰਾ ਰਹੇ, ਇਸ ਕਰਕੇ ਅਸੀਂ ਅੱਗ ਨਹੀਂ ਲਾਈ। ਜਿਸ ਤਰ੍ਹਾਂ ਸਰਕਾਰ ਸਮੇਂ ਸਮੇਂ ਤੇ ਅਪੀਲ ਕਰ ਰਹੀ ਹੈ ਕਿਸਾਨਾਂ ਨੂੰ ਕਿ ਪਰਾਲੀ ਨਾ ਸਾੜੋ, ਅਸੀਂ ਲਗਾਤਾਰ ਮਸ਼ੀਨਰੀਆਂ ਦੇ ਰਹੇ ਹਾਂ ਨਾ ਵੀ ਕਿਰਾਏ ਦੇ ਉੱਪਰ ਮਿਲ ਰਹੀਆਂ ਨੇ, ਚਾਹੇ ਹੋਰ ਗੱਲ ਲਈਏ ਫੈਕਟਰੀਆਂ ਲੱਗ ਰਹੀਆਂ ਨੇ, ਕਿਸ ਤਰ੍ਹਾਂ ਵੇਖਦੇ ਹੋ ਸਰਕਾਰ ਦੇ ਇਸ ਫੈਸਲੇ ਨੂੰ? ਦੇਖੋ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਵੀਰ ਜੀ ਇਹ, ਸਰਕਾਰ ਸਬਸਿਡੀ ਵੀ ਦੇ ਰਹੀ ਹੈ, ਆਉਣ ਵਾਲੇ ਟਾਈਮ 'ਚ ਅਸੀਂ ਸਰਕਾਰ ਤੋਂ ਮੰਗ ਕਰਾਂਗੇ ਹੋਰ ਵੱਧ ਸਬਸਿਡੀਆਂ ਦੇ, ਤਾਂ ਕਿਸਾਨ ਕੀ 0% ਅੱਗ ਲਾਵੇ। ਕਿੰਨੇ ਸਮੇਂ ਤੋਂ ਤੁਸੀਂ ਫਸਲ ਕਰਦੇ ਆ ਰਹੇ ਹੋ, ਜ਼ਮੀਨ ਤੇ ਖੇਤੀ ਕਰ ਰਹੇ ਹੋ? ਅਸੀਂ ਇੱਥੇ ਪਹਿਲੀ ਵਾਰੀ ਜੀਰੀ ਲਾਈ ਹੈ ਤੇ ਪਹਿਲਾਂ ਇਸੇ ਸਬਜ਼ੀ ਲਾਉਂਦੇ ਸੀ। ਮਤਲਬ ਪਹਿਲਾਂ ਕਦੀ ਪਰਾਲੀ ਨਹੀਂ ਸਾੜੀ ਹੈ? ਪਹਿਲਾਂ ਅਸੀਂ ਜੀਰੀ ਲਾਈ ਹੋਈ ਨਹੀਂ, ਫਸਟ ਟਾਈਮ ਅਸੀਂ ਜੀਰੀ ਲਾਈ ਹੈ ਤੇ ਇੱਥੇ ਅਸੀਂ ਤੇ ਉਪਰਾਲਾ ਕੀਤਾ।
बिल्कुल कह सकते हैं कि वह किसान वीर सीगे, वह किसान परिवार है जिन्होंने पराली नूं सगों अग नहीं लगाई हैगी, लेकिन उसनों धरती हेठा ही जिहड़ा नष्ट किया, उसनों धरती हेठा ही बो दिता है। तस्वीर दिखाने चाहवांगे कि बाकी जिहड़ी है जमीन रहिंदी है तो उस उपर भी जिहड़ी है पराली लगी हुई नज़र आ रही है, तो उसनों बोया जा रहा जमीन हेठा ही जिहड़ा उसकी जिहड़ी है नष्टिंग जिहड़ी है वह की जा रही है। तो तस्वीरां तुसीं देख रहे हो, ये पटियाला दे तेजबाग कलोनी दीआं तस्वीरां ने जिथे किसान परिवार ने पराली नूं अग नहीं लगाई बल्कि उसनों जमीन हेठा ही नष्ट जिहड़ा किया जा रहा है। तो लगातार सरकार अते प्रशासन जिहड़ा अपील करता हुए नज़र आ रहा सीगा कि पराली नूं अग ना लगाई जाए। पोल्यूशन कंट्रोल बोर्ड के चेयरमैन आदर्शपाल विज भी जिहड़े लगातार अपील कर रहे सीगे कि पराली नूं साड़िया ना जाए अते उसनों जिहड़ा धरती हेठा ही बोया जाए ता जो पोल्यूशन लैवल है जिहड़ा वह वधेगा नहीं अते लोकां नूं जिहड़ी है बीमारियां का सामना नहीं करना पवेगा। तो इस परिवार ने जिहड़ी है पहलकदमी अज जिहड़ी है वह की है, तो लगातार कह सकते हैं कि वधाई दे पात्र भी ये बनते हैं। देखना होगा सरकार इन्हां किसानां दे लई की कुछ जिहड़ी है कदम चुकेगी अते की कुछ इन्हां नूं इनाम वजो दिता जाएगा। कैमरा परसन मनोज नाल कवलजीत कंबोज, जगबानी टीवी पटियाला।